ਕਿਹੜੀ ਬਾਲ ਹੈ? ਨਾ ਤੇ ਕ੍ਰਿਕਟ ਦੀ ਬਾਲ ਹੈ, ਨਾ ਇਹ ਟੈਨਿਸ ਦੀ ਬਾਲ ਹੈ, ਨਾ ਇਹ ਫੁੱਟਬਾਲ, ਨਾ ਇਹ ਬਾਸਕਟਬਾਲ ਹੈ। ਬਾਬਾ ਜੀ ਕੀ ਬਣਾਇਆ ਇਹ? ਅੱਛਾ ਤੁਸੀਂ ਬਣਾਇਆ। ਮੈਨੂੰ ਲੱਗਦਾ ਜਿੱਡੀ ਬੜੀ ਇਹ ਬਾਲ ਹੈ ਉੱਡਾ ਬੜਾ ਮੇਰਾ ਸ਼ੋਅ ਹੋਊਗਾ ਜੀ। ਹੈ ਬਾਬਾ ਜੀ, ਮੈਂ ਕਿਹਾ ਜਿੱਡੀ ਬੜੀ ਬਾਲ ਹੈ ਜੀ, ਐਡਾ ਬੜਾ ਸ਼ੋਅ ਮੇਰਾ ਵੀ ਕਰ ਦਿਓ ਜੀ। ਜੋਰਜ ਕੈਂਪਲ ਦਾ ਅੱਜ ਕਰ ਰਹੇ ਹੋ ਐਡਾ ਬੜਾ ਸ਼ੋਅ? ਥੈਂਕ ਯੂ ਬਾਬਾ ਜੀ, ਥੈਂਕ ਯੂ ਸੋ ਮਚ। ਬਾਬਾ ਜੀ ਕਹਿ ਰਿਹਾ ਸਾਡਾ ਸ਼ੋਅ ਵੀ ਐਡਾ ਬੜਾ ਹੋਣ ਵਾਲਾ, ਐਡਾ ਬੜਾ। ਚਲੋ ਦੇਖਦੇ ਹਾਂ ਕੀ ਹੁੰਦਾ। ਪਰ ਇਹ ਬਾਲ ਕਿਹੜੀ ਹੈ? ਅੱਛਾ ਸੋਰੀ ਸੋਰੀ, ਜਾ ਰਹੇ ਜਾ ਰਹੇ। ਜੀ ਮੈਂ ਪਰਮੋਰ ਲੈ ਕੇ ਹਾਜ਼ਰ ਹਾਂ ਹਰ ਵਾਰ ਤੋਂ ਆਪਣੇ ਫੇਵਰਟ ਸ਼ੋਅ ਦਾ ਨਾਮ ਹੈ ਜੀ ਜੋਸ਼ ਕੈਂਪਸ ਦਾ। ਅੱਜ ਪਹੁੰਚੇ ਜੀ CGC ਲਾਂਡਰਾ, ਆਪਾਂ ਕਰਨੀ ਮੁੰਡੇ ਕੁੜੀ ਨਾਲ ਖੂਬ ਸਾਰੀ ਗੱਲਾਂ, ਪਤਾ ਖੂਬ ਸਾਰੀ ਮਸਤੀ ਤੇ ਆਓ ਚੱਲੀਏ। ਉਹ ਸਮਾਂ ਕਿਉਂ ਖਰਾਬ ਕਰ ਰਹੇ ਜੀ, ਆਓ ਚੱਲੀਏ। ਓ ਵੀਰ ਜੀ, ਓ ਭਾਈ ਸਾਹਿਬ, ਕੀ ਹਾਲ ਚਾਲ ਨੇ ਵੀਰ? ਕੀ ਹਾਲ ਜੀ, ਕਿੱਦਾਂ ਮੇਰੇ ਦਾ ਬਾਹਰ ਬਾ ਥੋੜੇ ਕਾਲ ਜੀ, ਆਓ ਬਾ ਆ ਜਾ ਭਾਈ। ਜੀ ਬਿਲਕੁਲ, ਬਣ ਕੇ CGC ਲਾਂਡਾ, ਤੁਹਾਨੂੰ ਪਤਾ ਬਹੁਤ ਘੈਂਟ ਘੈਂਟ ਮੁੰਡੇ, ਬਹੁਤ ਘੈਂਟ ਕੁੜੀਆਂ ਖੜੀਆਂ। ਆਪਣਾ ਪਤਾ ਜੋਸ਼ ਕੈਂਪਸ ਦਾ ਆਪਣਾ ਸੁਪਰ ਡੁਪਰ ਹਿੱਟ ਸ਼ੋਅ ਹੈ ਜੀ। ਅੱਜ ਦਾ ਮੇਰਾ ਸਵਾਲ ਇਹ ਹੈ ਵੀ ਕੁੜੀਆਂ ਦੇ ਮੁੰਡਿਆਂ ਨੂੰ ਕਿ ਜਦੋਂ ਉਹਨਾਂ ਦੇ ਵਿਆਹ ਹੋਣੇ ਆ, ਜੀ ਤਰ੍ਹਾਂ ਦਾ ਕਰਨਾ ਨੇ ਵਿਆਹ ਕਰਾਉਣ ਨੂੰ, ਪਰ ਗੱਲ ਇਹ ਹੈ ਵੀ ਜੇ ਇਹਨਾਂ ਨੂੰ ਰਿਜੈਕਟ ਕਰਨਾ ਤਾਂ ਕਿਵੇਂ ਰਿਜੈਕਟ ਕਰਾਂਗੇ? ਮੁੰਡੇ ਵਾਲੇ ਆਏ ਤਾਂ ਰਿਜੈਕਟ ਕਿਵੇਂ ਕਰੋਗੇ? ਮੁੰਡਾ ਸੋਹਣਾ ਨਹੀਂ, ਤੁਸੀਂ ਕਹਿੰਦੇ ਹੋ ਜੀ ਕਮਾਉਂਦਾ ਨਹੀਂ ਚੰਗਾ, ਕੀ ਪਤਾ ਕਮਾਉਂਦਾ ਹੋਵੇ, ਨਹੀਂ ਕਮਾਉਂਦਾ ਫੇਰ ਹਾਂਜੀ ਸ਼ਕਲ ਬਤਾ ਦਿੰਦੀ ਹੈ ਬੰਦਾ, ਸ਼ਕਲ ਬਤਾ ਦਿੰਦੀ ਹੈ, ਸ਼ਕਲ ਤੇ ਲਿਖਣ ਦਾ ਪੈਸੇ ਕਿੰਨੇ ਜੇਬ 'ਚ? ਹਾਂਜੀ ਪਹਿਲੀ ਵਾਰੀ ਟੇਡਾ ਟੇਡਾ ਤੱਕਦਾ ਸੀ। ਹਾਏ ਹਾਏ, ਮੁੰਡਾ ਆਪ ਤਾਂ ਕਮਾਉਂਦਾ ਨਹੀਂ ਆਪਣੇ ਘਰਦਿਆਂ ਦੇ ਪੈਸਿਆਂ 'ਤੇ, ਹਮੇਸ਼ਾ ਹੁੰਦਾ ਕਿ ਹਾਂਜੀ ਮੇਰੇ ਘਰ ਦੇ ਅਮੀਰ ਨੇ ਮੇਰੇ ਘਰ ਦੇ। ਹਾਂਜੀ ਤੁਸੀਂ ਕਹਿੰਦੇ ਮੁੰਡਾ ਜਿਹੜਾ ਮੁੰਡਾ ਹੈਗਾ ਬਾਈ ਜੀ, ਕੁੜੀ ਸਾਨੂੰ ਦੇਖਣ ਆਈ ਹੈ, ਤੁਸੀਂ ਕੁੜੀ ਰਿਜੈਕਟ ਕਰਨੀ ਕਿਵੇਂ ਕਰੋਗੇ? ਨਾਲ ਖੜੀ ਨਹੀਂ ਜੱਚਦੀ। ਅੱਛਾ ਹਾਏ ਹਾਏ, ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਜੀ, ਉਹਨੂੰ ਤੁਹਾਡੇ ਨੂੰ ਬਣਾਉਂਗਾ। ਮੁੰਡਾ ਜੀ 400ਵੇਂ ਲੈਵਲ ਤੇ ਆ ਕੈਂਡੀ ਕ੍ਰਸ਼ ਦੇ, ਤੇ ਕੁੜੀ ਨੂੰ ਖੇਡਣੀ ਨਹੀਂ ਆਉਂਦੀ ਇਸ ਕਰਕੇ। ਕੁੜੀ ਵੀਰ ਸੋਹਣੀ ਜਿਹੀ ਲੱਗੀ ਯਾਰ, ਆਪਣੇ ਡਿੰਪਲਾਂ ਦੇ ਮਰਦੀ ਦਾ ਜ਼ਰੂਰ। ਅਸੀਂ ਕਹਿੰਦੇ ਜਿੱਦਾਂ ਕਿਹਾ ਇਹਨਾਂ ਨੇ ਕਿ ਮੁੰਡਾ ਘਰੋਂ ਪੈਸੇ ਕਮਾਉਂਦਾ, ਜੇ ਸਹੇਲੀ ਤੰਗ ਕਰਦੀ ਤੇ ਪੈਸੇ ਤੇ ਮੰਗਾਣੇ ਹੀ ਬਣੇ। ਹਾਂਜੀ ਦੱਸੋ ਕੀ ਕਹਿੰਦੇ ਤੁਸੀਂ, ਅੱਜ ਤਾਂ ਬੜੀਆਂ ਅਣਕਾਂ ਲਾ ਗਏ। ਹਾਂਜੀ ਕੀ ਕਹਿੰਦੇ ਹੋ? ਮੁੰਡੇ 'ਚ ਖੁੰਡੀਆਂ ਮੁੱਛਾਂ ਆਉਣੀ ਚਾਹੀਦੀਆਂ। ਮੁੰਡੇ 'ਚ ਖੁੰਡੀਆਂ ਮੁੱਛਾਂ, ਮੁੰਡਾ ਤਿਆਰੀ ਬਈ, ਮੁੰਡਾ ਚੱਕ ਮਾਣੀਗਾ। ਚੱਕਮਾ ਚੱਕਮਾ ਕਿਵੇਂ ਹੁੰਦਾ? ਲੈ ਕ੍ਰੇਨ ਨਾਲ ਆਵੇ, ਨਹੀਂ ਮਤਲਬ ਲੁੱਕ ਵਾਈਜ਼, ਲੁੱਕ ਵਾਈਜ਼। ਹਾਂਜੀ ਤੁਸੀਂ ਕਹਿੰਦੇ ਹੋ? ਮੁੰਡਾ ਜੱਸੀ ਗਿੱਲ ਵਰਗਾ ਨਹੀਂ ਆ। ਜੱਸੀ ਗਿੱਲ ਬਹੁਤ ਵਧੀਆ, ਦੇਖਾ ਜੱਸੀ ਗਿੱਲ। ਹਾਂਜੀ ਉਹ ਗੱਲ ਨਹੀਂ ਹੈ ਉਹਦੇ 'ਚ, ਉਹ ਗੱਲ ਨਹੀਂ ਉਹ 'ਚ ਜਿਹੜੀ ਇਹ 'ਚ ਹੈ, ਇਹ ਕਿੱਥੇ ਹੈ? ਹੈ ਨਹੀਂ ਅਜੇ। ਜਿੰਨੇ ਤੇ ਤੂੰ ਪਾਉਂਦੀ ਹੈ ਸੂਟ ਕੁੜੀ ਹੈ, ਉਹਨੇ ਤੇ ਮਿੱਤਰਾਂ ਦੇ ਬੂਟ ਕੁੜੀ ਹੈ। ਅੱਗਿਆ ਅੱਗਿਆ ਅੱਗਿਆ, ਤੇਰੇ ਨਾਲ ਗੱਲ ਕਰਾ ਦਿੰਦਾ, ਟਾਈ ਤੇਰੀ ਪੂਰੀ ਨਹੀਂ। ਜਿੰਨੇ ਦੀ ਪਾਉਂਦੀ ਸੂਟ ਕੁੜੀ ਹੈ, ਉਹਨੇ ਦੇ ਮਿੱਤਰਾਂ ਦੇ ਬੂਟ ਕੁੜੀ ਹੈ। ਕਲਾਸ 'ਚ ਹੋ ਗਿਆ ਭਾਈ, ਦੂਜਾ ਹੀ ਸਾਲ ਹੈ। ਇੱਕ ਕੀ ਲਿਖਿਆ? ਬਸ ਉਹਦੇ ਲਈ ਤੇਰਾ ਵਿਆਹ ਨਹੀਂ ਹੋਣਾ। ਬਸ ਬਈ
ਉਹ ਗੱਲ ਨਹੀਂ ਬਣਦੀ ਜੋ ਆਪਣੇ ਫੀਲ ਮੈਨੂੰ ਸਮਝ ਨਹੀਂ ਆਈ ਜਿਹੜੀ ਉਹ ਗੱਲ ਉਹ ਕਿਹੜੀ ਬਾਈ ਜੀ ਪੀਪਾ ਜੀ ਜੋ ਮੇਰਾ ਦਿਲ ਹੈਗਾ ਨਾ ਉਹ ਕਿਸੇ ਔਰ ਕਾ ਹੋ ਚੁੱਕਾ ਹੈਗਾ ਹਾਂਜੀ ਗੱਲ ਇਹ ਹੋ ਰਹੀ ਆ ਵੀ ਜਦੋਂ ਤੁਹਾਨੂੰ ਕੁੜੀ ਵਾਲੇ ਦੇਖਣ ਆਏ ਅੱਛਾ ਜੀ ਤੁਸੀਂ ਰਿਜੈਕਟ ਕਰਨੀ ਕੁੜੀ ਕਿਵੇਂ ਕਰੋਗੇ ਵੈਸੇ ਤਾਂ ਤੁਹਾਨੂੰ ਪਹਿਲਾਂ ਹੀ ਰਿਜੈਕਟ ਕਰ ਦੇਣਾ ਦੇਖੋ ਮੈਂ ਬਿਜ਼ੀ ਆ ਅਜੇ ਟਾਈਮ ਹੈ ਨੀ ਜੀ ਸੌਰੀ ਦੇਖੋ ਵੀ ਨਹੀਂ ਕੋਈ ਗੱਲ ਨੀ ਫੇਰ ਸਹੀ ਬੰਬ ਪਟਾਕਾ ਬੰਬ ਪਟਾਕਾ ਗਾਣਾ ਗਾ ਦੇਣਾ ਗਾਣਾ ਗਾ ਦੇਣਾ ਹੋਰ ਕਿਹੜਾ ਸੀਸੀਡੀ ਦੀ ਕਾਫੀ ਤੇਰੇ ਲੱਗ ਗਈ ਆ ਮੈਨੂੰ ਡੋਲੂ ਚੱਕ ਕੇ ਛਬੀਲਾ ਲੈਣੇ ਆਉਂਦੀ ਸੀ ਹੁਣ ਐਫ ਟੀਵੀ ਤੋਂ ਫੈਸ਼ਨ ਫੋਲੋ ਕਰੇ ਫਿੱਟ ਮੰਮੀ ਦੇ ਸੂਟਾਂ ਨੂੰ ਕਰ ਪਾਉਂਦੀ ਸੀ ਮੈਂ ਤੈਨੂੰ ਪੁੱਛਦਾ ਤੂੰ ਕੁੜੀ ਰਿਜੈਕਟ ਕਰੇ ਡੋਲੂ ਕਿੱਥੋਂ ਆ ਗਿਆ ਵੀ ਦੋ ਤਿੰਨ ਦਿਨ ਉਹਨੂੰ ਬਿਨਾਂ ਨੈੱਟ ਪੈਕ ਤੋਂ ਕਹਿ ਦਿਓ ਵੀ ਜੇ ਰਹਿ ਸਕਦੀ ਆ ਰਹਿ ਲਵੇ ਨਹੀਂ ਰਹਿ ਸਕਦੀ ਨਾ ਸੀ ਬਸ ਇੰਨਾ ਹੀ ਕੰਮ ਹੈ ਸਿੱਧੀ ਵੱਜੇ ਯਾਰ ਆ ਕੇ ਦਿਲ ਚ ਆ ਕੇ ਵੱਜੇ ਸਰ ਮਾਰੇ ਆ ਕੇ ਸਰਦਾਰ ਜੀ ਮੈਂ ਆ ਗਈ ਕੁੜੀ ਪਤਲੀ ਹੈ ਥੋੜ੍ਹੀ ਜਿਹੀ ਮੋਟੀ ਹੋਵੇ ਠੀਕ ਹੈ ਹਾਈਟ ਨਹੀਂ ਮੈਚ ਕਰਦੀ ਹੁਣ ਭਰਾ ਤੂੰ ਮੋਟਾ ਸਾਰੀ ਮੋਟੀ ਹੁਣ ਮੁੰਡੇ ਦੀ ਪਰਸਨੈਲਿਟੀ ਨਹੀਂ ਪਰਸਨੈਲਿਟੀ ਨਹੀਂ ਹੈਗੀ ਜੇ ਉਦਾਂ ਮੁੰਡਾ ਪੜ੍ਹੇ ਲਿਖੇ ਬਹੁਤ ਹੋਵੇ ਉਦਾਂ ਬਹੁਤ ਕਮਾਉਂਦਾ ਹੋਵੇ ਤੇ ਨਾਲ ਖੜਾ ਵੀ ਸੋਹਣਾ ਲੱਗਦਾ ਆਏ ਠੀਕ ਬੋਲਦੀ ਮੈਂ ਕਹਿੰਦਾ ਮੁੰਡਾ ਵੈਲ ਹੀ ਨਹੀਂ ਹੈਗਾ ਵੈਲ ਗੁੱਡ ਲੁਕਿੰਗ ਨਹੀਂ ਹੈ ਸਮਾਰਟ ਨਹੀਂ ਹੈ ਮੇਰੇ ਟਾਈਪ ਕਾ ਨਹੀਂ ਹੈ ਆਪਕਾ ਟਾਈਪ ਕਾ ਲੜਕਾ ਕੌਨ ਸਾ ਹੈ ਬਸ ਬਤੋ ਇਨਮੇ ਸੇ ਹੈ ਕੋਈ ਲੱਗੇ ਸਾਥ ਵਿੱਚ ਖੜਾ ਹੋਇਆ ਪਰਸਨੈਲਿਟੀ ਮੈਚ ਕਰੀ ਅੱਛਾ ਵੈਸਾ ਚਾਹੀਏ ਅੱਛਾ ਵੈਸਾ ਲੜਕਾ ਚਾਹੀਏ ਮਤਲਬ ਕਮਾਉਂਦਾ ਕਮਾਉਂਦਾ ਨਾ ਹੋਵੇ ਉਹਦਾ ਵੈਲ ਸੈਟਲਡ ਹੋ ਘਬਰਾ ਕਾ ਤੇ ਗਿਆ ਮੇਰਾ ਭਰਾ ਉਹ ਨਹੀਂ ਪੇਪਰ ਪੇਪਰ ਨਹੀਂ ਅੱਜ ਨਾ ਨਾ ਪੇਪਰ ਵਾਲੀ ਤਾਂ ਗੱਲ ਖੈਰ ਮੈਰੀ ਨਹੀਂ ਇੱਥੇ ਕੀ ਲਿਖਿਆ ਅਜੇ ਵੀ ਇਹ ਜ਼ਮਾਨਾ ਚੱਲ ਰਿਹਾ ਚਿੱਠੀ ਲਿਖੀ ਬੈਠਾ ਕੁੜੀ ਨੂੰ ਕਾਈਂਡਲੀ ਦੇਖ ਰਾਜੇ ਮੇਰਾ ਲਾਲ ਸਾਡਾ ਸੋਹਣਾ ਮੁੰਡਾ ਸਾਡਾ ਖੜਾ ਜੇ ਕੁੜੀ ਵਾਲੇ ਤੁਹਾਨੂੰ ਦੇਖਣ ਆਉਂਦੇ ਆ ਹਨਾ ਤੁਹਾਨੂੰ ਰਿਜੈਕਟ ਕਰੂਗੇ ਕਿ ਸਿਲੈਕਟ ਕਰੂਗੇ ਸਿਲੈਕਟ ਆਬਵੀਅਸ ਕੋਈ ਹੋਰ ਪਸੰਦ ਹੈ ਕੋਈ ਹੋਰ ਪਸੰਦ ਆ ਉਸ ਲੜਕੇ ਨੂੰ ਕਹਿ ਦੋਗੇ ਹਾਂ ਕਿ ਮੇਰੀ ਸੈਟਿੰਗ ਖਾ ਆਲਰੇਡੀ ਕਈ ਪੇ ਹੈ ਉਹਦੀ ਮੰਮੀ ਨੂੰ ਅੱਖ ਮਾਰ ਦੇਣੀ ਰਿਜੈਕਟ ਕਰਨ ਦਾ ਸਵਾਲ ਹੀ ਨਹੀਂ ਹੁੰਦਾ ਜੀ ਉੱਠਦਾ ਅੱਛਾ ਜਿਹੜੀ ਚੀਜ਼ ਨੂੰ 23 ਸਾਲਾਂ ਦੇ ਤਰਸਦੇ ਹਾਂ ਬਾਕੀ ਇਹ ਜਵਾਬ ਦੇਣਾ ਵੀ ਹੈ ਫਿਰ ਕਹਿ ਦਾਂਗੇ ਕੁੜੀ ਐਚ ਡੀ ਨਹੀਂ ਹੈਗੀ ਆਪਾਂ ਫੇਕ ਕੋਲ ਲਾ ਲੈਣੀ ਸਾਹਮਣੇ ਹੈਲੋ ਰੀਆ ਯਾਰ ਆਪਾਂ ਕੋਰਟ ਮੈਰਿਜ ਕੱਲ੍ਹ ਕਰਾਵਾਂਗੇ ਰੀਆ ਹੈ ਰੀਆ ਵਾਹ ਤੇਰੇ ਰੀਆ ਦੇ ਅੱਛਾ ਘਰਦਿਆਂ ਨੂੰ ਸ਼ੱਕ ਹੋ ਜਾਣਾ ਅਗਲੇ ਨੇ ਵਾਪੀ ਮੁੜ ਜਾਣਾ ਇਹ ਰੀਆ ਹੀ ਕਿਉਂ ਲੱਭੀ ਬਈ ਰੀਆ ਹੁਣ ਆ ਗਈ ਦਿਮਾਗ 'ਚ ਆਪਾਂ ਹੋਰ ਕੀ ਕਰੀਏ ਪ੍ਰੀਆ ਨਹੀਂ ਕਿਹਾ ਪ੍ਰੀਆ ਨਹੀਂ ਕਿਹਾ ਪ੍ਰੀਆ ਪਸੰਦ ਨਹੀਂ ਆਈ ਭਾਈ ਉਹਨਾਂ ਦਾ ਵਿਆਹ ਹੋਇਆ ਹੋਇਆ ਹੋ ਗਿਆ ਇਹ ਕਦੋਂ ਘਟਨਾ ਵਾਪਰੀ ਆਪਣੇ ਆਪ 4 ਸਾਲ ਹੋ ਗਏ ਬਾਈ ਕਿੱਦਾਂ ਚੰਗਾ ਲੱਗ ਰਿਹਾ ਵਿਆਹ ਕਰਾ ਕੇ ਬਿਲਕੁਲ ਉਦਾਸ ਕਿਉਂ ਇੰਨਾ ਉਦਾਸ ਖੁਸ਼ ਹੈ ਤੇਰੀ ਬਾਬਾ ਸ਼ਕਲ ਤੋਂ ਲੱਗਦਾ ਤੂੰ ਤੂੰ ਖੁਸ਼ ਆ ਤੂੰ ਖੁਸ਼ ਹੈ ਅੱਛਾ ਭਾਬੀ ਨੇ ਜੱਟ ਕੀਤਾ ਤੁਹਾਨੂੰ ਪਹਿਲੀ ਵਾਰੀ ਨਹੀਂ ਤੁਸੀਂ ਕੀਤਾ ਸੀ ਨਹੀਂ ਤੁਸੀਂ ਹੁਣ ਜੇ ਮੌਕਾ ਲੱਗ ਗਿਆ ਜੱਟ ਕਰਨ ਵਾਸਤੇ ਕਿ ਹੁਣ ਕਿਵੇਂ ਅੱਛਾ ਜੇ ਭਾਬੀ ਮੁੜ ਕੇ ਜੇ ਸਾਡੀ ਭਾਬੀ ਮੁੜ ਕੇ ਆ ਜਾਵੇ ਤੁਸੀਂ ਤੁਹਾਡਾ ਵਿਆਹ ਕਰਾਉਣਾ ਹੁਣ ਜੱਟ ਕਰੇਗਾ ਕਿ ਸੱਟ ਕਰੇਗਾ ਪੱਕਰ ਜੱਟ ਕਰੂਗਾ ਕੋਈ ਬੱਦਿਆ ਦਾ ਹਨਾ ਜੱਟ ਕਰ ਦੇਗਾ ਦੇਖ ਲਓ ਹੁਣ ਜੱਟ ਕਰ ਦੇਗਾ 4 ਸਾਲ ਉਹਦਾਂ ਰਹਿ ਕੇ ਹੁਣ ਰਿਜੈਕਟ ਉਹਦੇ ਨਾਲ ਤੁਹਾਨੂੰ ਨਹੀਂ ਰਿਜੈਕਟ ਆ ਬੜੀ ਚੀਜ਼ ਆਹਨ ਗੱਲ ਮੁੱਕਰ ਗਿਆ ਉਹ ਲਾਂਡਰਾ ਕੋਲੇ ਤੇ ਮੁੰਡੇ ਵੇਖ ਲਓ ਪੁੱਛਾ ਰੱਖਦੇ ਖੜੀਆਂ ਉਹ ਐਰ ਗੈਰ ਨਾ ਅੱਖ ਨਾਲ ਲਾਉਂਦੇ ਵਿਆਹ ਕੇ ਲਿਆਉਂਦੇ ਪਰੀਆਂ ਉਹ ਤੇਰੇ ਜੀਆਂ ਵੀ ਕੁੜੀਆਂ ਸਾਡੇ ਹੌਸਲ ਦੇ ਮੋੜ ਤੇ ਖੜੀਆਂ ਤੇਰੇ ਜੀਆਂ ਵੀ ਕੁੜੀਆਂ
ਢਾਵੇ 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 ਨੀ ਉੱਚੇ ਉੱਚੇ ਪਾ ਕੇ ਰੱਖਦੀ ਤੇਰੇ ਲੀੜਾ ਮੇਚ ਨਾ ਆਵੇ ਨੀ ਕਹਿੰਦੇ ਲੀੜਾ ਮਹਿੰਗਾ ਹੋ ਗਿਆ ਉਹ ਕਹਿੰਦੇ ਲੀੜਾ ਮਹਿੰਗਾ ਹੋ ਗਿਆ ਤਾਈਓ ਟੌਪ ਨੂੰ ਛੋਟਾ 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 ਹਾਏ ਨੀ ਛੋਟਾ ਕਰਦੀ ਜਾਵੇ ਨੀ ਅੱਖਾਂ 'ਚ ਤੂੰ ਲੈਂਸ ਬੱਲੀਏ ਉਹ ਅੱਖਾਂ 'ਚ ਤੂੰ ਲੈਂਸ ਬੱਲੀਏ ਭਾਵੇਂ ਮੁੰਡੇ ਪੱਟਣ ਦੀ ਮਾਰੀ ਨੀ ਛੱਡ ਕੇ ਪੰਜਾਬੀ ਸੂਟ ਨੂੰ ਹੁਣ ਜੀਨ ਟੌਪ ਤੂੰ ਪਾਵੇਂ ਕੁੜੀਏ ਪੰਜਾਬ ਦੀ ਏ ਦੱਸ ਕਿੱਧਰ ਨੂੰ ਜਾਵੇਂ ਪਰਫਾਰਮੈਂਸ ਮੁੰਡੇ ਕੁੜੀਆਂ ਨੇ ਕਿੰਨੀ ਵਧੀਆ ਪਰਫਾਰਮੈਂਸ ਦੀ ਪਰ ਮੈਂ ਦਿਲ ਪਤਾ ਹੀ ਕਰ ਰਿਹਾ ਵਰਡ ਸੀ
ਬ੍ਰਿਕਸ ਪਰਸਨ ਕ੍ਰਿਸ ਸਿੰਘ ਦਾ ਸਵਾਗਤ ਹੋ ਰਿਹਾ ਆਪਣੇ ਫੇਵਰਟ ਦਾ ਨਾਮ ਹੈ ਜੀ ਜੋਸ਼ ਕੈਂਪਸ ਦਾ ਮੈਂ ਨਾਲ ਖੜੇ ਜੀ ਮੁੰਡੇ ਕੁੜੀਆਂ ਤੁਹਾਨੂੰ ਪਤਾ ਆਪਾਂ ਹੁਣ ਕਰਨੀ ਜੀ ਗੇਮ ਕਿਉਂਕਿ ਮੁੰਡੇ ਕਹਿੰਦੇ ਅਸੀਂ ਤਿਆਰ ਆ ਕੁੜੀ ਕਹਿੰਦੀ ਅਸੀਂ ਵੀ ਗੇਮ ਇਹ ਜੀ ਕਿ ਅੱਜ ਮੈਂ ਜਿਵੇਂ ਪੁੱਛਦਾ ਮੈਂ ਫਿਰ 10 ਸਵਾਲ ਪੁੱਛੂੰਗਾ ਕੁੜੀਆਂ ਸਜ਼ਾ ਦੇਣ ਨੂੰ ਕਹਿੰਦੀ ਆ ਮੁੰਡੇ ਸਜ਼ਾ ਦੇਣ ਨੂੰ ਆ ਜਾ ਬਈ ਜਾ ਕੁੜੀ ਰੈਡੀ ਸਜ਼ਾ ਦੇਣ ਲਈ ਡਾਇਰੈਕਟ ਸਜ਼ਾ ਫਟਾਫਟ ਫਟਾਫਟ ਕੀ ਕਰੋਗੇ ਜਦੋਂ ਤੁਸੀਂ ਕਹੋ 10 ਸਬਜ਼ੀਆਂ ਨਾਲ ਦੱਸੋ 1 2 3 4 5 6 7 8 9 10 ਸੌਰੀ ਵੈਸੇ ਗੱਲ ਬੜੀ ਮਾਰੀ ਹੋਈ ਉਹ ਕਹਿੰਦੇ ਵੀ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ ਹਾਂਜੀ ਕੁੜੀ ਸਜ਼ਾ ਕੀ ਹੈ ਲਓ ਜੀ ਸਾਡੇ ਮੁੰਡੇ ਨੂੰ ਸਜ਼ਾ ਮਿਲੀ ਹੈ ਕਿ ਇਹਨਾਂ ਨੇ ਕੁੜੀ ਦੀ ਗੁੱਤ ਰੱਖ ਦਿਖਾਉਣੀ ਹੈ ਠੀਕ ਹੈ ਬਾਈ ਜੀ ਤਿਆਰ ਹੋ ਆਓ ਜੀ ਗੁੱਤ ਕਰੀਏ ਚਾਰ ਇਹੀ ਤਾਂ ਸਜ਼ਾ ਕੀ ਹਾਲ ਚਾਲ ਪੱਕੀ ਗੱਲ ਹੈ ਸਜ਼ਾ ਦੇਣ ਤਿਆਰ ਆ ਮੁੰਡੇ ਤੁਸੀਂ ਤਿਆਰ ਹੋ ਫਟਾਫਟ ਬਈ ਹਾਂ ਵੀ ਦੱਸਦੇ ਸੀ ਇਹਨਾਂ ਨੇ ਨਹੀਂ ਦੱਸਦੇ ਨਹੀਂ ਓਕੇ ਫਿਰ ਰੈਡੀ ਹੋ ਪੱਕੀ ਗੱਲ ਹੈ ਉਹ ਕਹਿੰਦੇ ਕੋਈ ਗੱਲ ਨਾ ਮੈਂ ਦੱਸਦੇ ਸੀਗਾ ਫਟਾਫਟ 10 ਗੱਡੀਆਂ ਨਾਲ ਦੱਸੋ ਗੱਡੀਆਂ ਨਾਲ 1 2 3 4 5 6 7 8 9 10 ਅੱਛਾ ਤੁਸੀਂ ਤਾਂ ਕਰੋ ਮੁੰਡੇ ਜਿਵੇਂ ਚੱਲ ਕੇ ਚੱਲਦੇ ਨਾ ਉਹ ਚੱਲ ਕੇ ਦਿਖਾਓ ਠੀਕ ਹੈ ਬਾਈ ਜੀ ਜੋ ਮੁੰਡੇ ਚੱਲਦੇ ਆ ਸਜ਼ਾ ਮਿਲੀ ਸਾਡੀ ਕੁੜੀ ਨੂੰ ਜਿੱਦਾਂ ਮੁੰਡੇ ਚੱਲ ਰਹੇ ਐਂ ਕਰਕੇ ਤੇਰੇ ਨਾਲ ਖੇਡਦੇ ਆਪਾਂ ਕੁੜੀ ਆ ਜਾ ਨੀਚੇ ਬੈਠ ਨੀਚੇ ਬੈਠੋ ਬੈਠੋ ਲਿਟਰਲੀ ਬੈਠੋ ਜੀ ਆਪਾਂ ਖੇਲਾਂਗੇ ਚੂੜੀ ਉੜ ਤੋਤਾ ਉਹ ਠੀਕ ਹੈ ਜੀ ਅੱਛਾ ਇੱਕ ਵਾਰ ਕਰਾਂਗੇ ਹਮ ਲੋਕ ਜੋ ਹਾਰ ਗਿਆ ਉਹ ਹਾਰ ਗਿਆ ਠੀਕ ਹੈ ਰੈਡੀ ਹੈ ਹਿੰਦੀ ਮੈਂ ਹਿੰਦੀ ਮੈਂ ਰੈਡੀ ਹੋ ਓਕੇ ਚਲੋ 1 2 3 ਉੜ ਓਕੇ ਆ ਜਾਓ ਚਿੜੀ ਉੜ ਤੋਤਾ ਉੜ ਮੈਂ ਨਾ ਉੜ ਨਾ ਉੜ ਜਾ ਉੜ ਦੇਖੋ ਗੱਲ ਤਾਂ ਸੱਚਾਈ ਐਕਚੁਅਲੀ ਗੱਲ ਤਾਂ ਹੋਈ ਹੈ ਕਿ ਉੜਾਇਆ ਦੋਨਾਂ ਨੇ ਸੀ ਵੈਸੇ ਦੇਖੋ ਮੈਂ ਗੱਲ ਕਰਦਾ ਉੜਾਇਆ ਵੈਸੇ ਦੋਨਾਂ ਨੇ ਸੀਗਾ ਉੜਾਇਆ ਸੀ ਮੁੰਡੇ ਕੁੜੀਓ ਸਜ਼ਾ ਦੋਨਾਂ ਨੂੰ ਮਿਲਣੀ ਭਾਜੀ ਓਕੇ ਜੀ ਹਾਂਜੀ ਕੁੜੀ ਸਜ਼ਾ ਦਿਓ ਹਾਂ ਮੁੰਡੇ ਸਜ਼ਾ ਦਿਓ ਪਹਿਲਾਂ ਕੁੜੀ ਨੂੰ ਸਾਡੀ ਕੁੜੀ ਦੇ ਮੁੰਡੇ ਦੋਨੋਂ ਸਜ਼ਾ ਮਿਲਣੀ ਸਾਡੀ ਕੁੜੀ ਸਜ਼ਾ ਮਿਲੀ ਸਾਡੀ ਕੁੜੀ ਗਾਣਾ ਗਾ ਕੇ ਸੁਣਾਓਗੀ ਹਾਂਜੀ ਗੱਲਾਂ ਖਰਾਬ ਹੈ ਲੇਕਿਨ ਕੋਸ਼ਿਸ਼ ਗੱਲਾਂ ਨਹੀਂ ਖਰਾਬ ਹਮ ਤੇਰੇ ਬਿਨ ਅਬ ਰਹਿ ਨਹੀਂ ਸਕਤੇ ਤੇਰੇ ਬਿਨਾ ਕਿਆ ਵਜੂਦ ਮੇਰਾ ਤੁਝ ਸੇ ਜੁਦਾ ਅਗਰ ਹੋ ਜਾਏਂਗੇ ਤੋ ਖੁਦ ਸੇ ਹੀ ਹੋ ਜਾਏਂਗੇ ਜੁਦਾ ਕਿਉਂਕਿ ਤੁਮ ਹੀ ਹੋ ਅਬ ਤੁਮ ਹੀ ਹੋ ਜ਼ਿੰਦਗੀ ਅਬ ਤੁਮ ਹੀ ਹੋ ਚੈਨ ਭੀ ਮੇਰਾ ਦਰਦ ਭੀ ਮੇਰੀ ਆਸ਼ਿਕੀ ਅਬ ਤੁਮ ਮਿਰਚ ਮਸਾਲਾ ਹਲਦੀ ਢਿੱਲਾ ਤੋਂ ਬੜਾ ਥੋੜਾ ਨਮਕ
थोड़ा मसाला, बहुत सारी हल्दी, मिर्च मसाला, जीरा मसाला, मैगी। लो भी कुड़िया सजा की है। सजा पर देने लगे हैं उन्होंने ये वाली कि ये अपनी एप्लीकेशन ना जी, छुट्टी वाली एप्लीकेशन, बोल के दसांगे कितना बोल गए। ठीक है। मुख्य अध्यापक जी, मैं कॉलेज आ रहा सीगा, बाइक हो गई पंचर, पता लग्या नहीं 120 दी स्पीड सी, और गिर गई, मेरे लगियां चट्टा, मेरे लगी है सट्टा, और मैं हो गया हॉस्पिटल एडमिट, मैं नहीं आ पाया जी, मैंने उस दिन दी छुट्टी चाहिए है जी, बहुत बहुत धन्यवाद। दिन दी क्या दी? उस दिन दी मतलब आया जी सीगा। गुड वन, गुड वन, आओ भी बात किया जो, फटाफट, दस, टीचर्स ना बसो, वन, टू, ਸਾਡੀ ਕੁੜੀ ਨੂੰ ਸਜਾ ਹੀ ਮਿਲੀ ਹੈ ਕਿ ਸਾਡੀ ਕੁੜੀ ਨੇ ਜਦੋਂ ਵਿਆਹ ਤੋਂ ਬਾਅਦ ਕੁੜੀਆਂ ਤਿਆਰ ਹੋ ਕੇ ਫੋਟੋ ਖਿਚਾਉਂਦੇ ਫੋਟੋਗ੍ਰਾਫਰ ਨੂੰ ਕਰਕੇ ਉਹਦਾ ਕਰਕੇ ਹਾਂਜੀ ਮੈਂ ਬਣਦਾ ਫੋਟੋਗ੍ਰਾਫਰ ਤੁਸੀਂ ਓਕੇ ਲੋ ਜੀ ਇਹ ਵੀ ਚਿੜੀ ਉੜ ਦੋ ਤੋੜ ਓਕੇ ਠੀਕ ਹੈ ਆ ਲੋ ਜੀ ਸਰ ਬਾਈ ਧਿਆਨ ਬਾਈ ਧਿਆਨ ਰੱਖਿਓ ਮਾੜਾ ਹੈ ਨਾ ਠੀਕ ਹੈ ਜੀ ਉਂਗਲੀ ਪਕੜ ਲੈ ਹਾਏ ਹੋ ਰੱਬਾ ਮੇਰਿਆ ਤੂੰ ਗੜਵਾ ਮੈਂ ਤੇਰੀ ਡੋਰ ਚੱਲ 1 2 3 ਗੋ 5 6 ਚਿੜੀ ਉੜ ਦੋ ਤੋੜ ਮੈਂ ਨਾ ਕੋਮ ਡਾਊਨ ਲੋ ਜੀ ਸਾਡੇ ਮੁੰਡੇ ਨੂੰ ਸਜ਼ਾ ਮਿਲੀ ਹੈ ਕਿਉਂਕਿ ਇਹ ਗਏ ਹਾਰ ਇਹਨਾਂ ਦੇ ਕੋਲੋਂ ਹਾਂਜੀ ਸਜ਼ਾ ਦੱਸੋ ਕੀ ਦੇਣੀ ਹੈ ਜੀ एक हीरोइन का डायलॉग वो वाला जो एक चुट्टी सिंदूर की कीमत तुम क्या जानो पूरी अच्छे से बोल के दिखाना है एक्सप्रेशंस के साथ चलो चलो जी हाँ छड़ रहा रमेश एक चुटकी सिंदूर की कीमत तुम क्या जानो रमेश बाबू अच्छा जी अच्छा सिंदूर ओ सिंदूर है हुंदा लो जी साला मुंडे कुड़ी दोनों रेडी ने हुण देखदे जी कौन जितदा जी आओ जी काका जी बचाओ हाँ मिस फेवरेट सब्जी केड़ी है वो भी खा लो हार गए मित्र हाँ भी कुड़ी सजा भी की देना सजा दो भी मुंडे नू लो साडे मुंडे सजा मिली है कि साडे मुंडे ने मुजरा करना जी केड़े गाने ते अच्छा इन्हीं लोगों ने दुपट्टा छीन लिया दुपट्टा होए होए दुपट्टा लो जी दुपट्टा कोई गल नहीं बाल खराब हो जाएंगे थले ले जा थले हाँ जी मुजरा मुजरा पोजीशन पोजीशन पे पोजीशन पे नीचे बैठ के नीचे बैठ के नीचे बैठो होते थे नीचे ओए मुझे अब सोच करना है क्या मुजरा करना है हाँ जी एडी वड्डी बॉल ते परम मुंडे को हाँ जी कि मैं अज एपिसोड जो कि सीरीज लैंडर मुंडे कुड़ियों का खूब सारा इंजॉय किया खूब सारा कम किया और मैं वादा करता कि मैं इदा ही मस्तियां पर एपिसोड लेके आया करा कि हर हफ्ते एक नवे नवे क्लिक कॉलेज में अगर चले मैं कॉलेज में आवा तो मैं लिख पो जी जोश कैंपस का मेरे पेज पर फेसबुक उत्ते मिलता जी अगले हफ्ते एक नवे कॉलेज में तब तक अपना ख्याल रखो भाई जी ठीक है सत श्रीकाल जी मैं परम लेके हाजिर हूँ अपने नाम जी हट जा यार बहुत बहुत करता इध कर दें कर दें जी मैं पर मिसलन चिट्टे बूट ते दाग पै गए ओ करो करो यार पता की है मैं तो ना मैं टिल्लो टिल्ला हो जावा असि जी सी लांडरा विच अपन एंजॉय कर रहे हैं कीती इन्होंने बहुत एक मिनट मैं लिंक दे रहा हूं